छेमी दे विद्यार्थियों, नेक्स्ट टॉपिक है अपना चुंबक ਨਾਲ ਰਿਲੇਟਡ ਪ੍ਰਾਪਰਟੀਆਂ ਆਫ ਦਾ ਮੈਗਨੇਟ, ਚੁੰਬਕ ਦੇ ਗੁਣ ਕਿ ਚੁੰਬਕ ਵਿੱਚ ਇਹੋ ਜਿਹੇ ਕਿਹੜੇ ਗੁਣ ਨੇ ਜਿਹਦੇ ਕਰਕੇ ਇਸ ਨੂੰ ਅਸੀਂ ਬਹੁਤ ਸਾਰੇ ਜਗ੍ਹਾ ਤੇ ਵਰਤਦੇ ਵੀ ਹਾਂ ਔਰ ਇਹ ਹੋਰ ਪਦਾਰਥਾਂ ਨਾਲੋਂ ਥੋੜਾ ਡਿਫਰੈਂਟ ਤਰ੍ਹਾਂ ਨਾਲ ਆਪਣਾ ਇਹ ਕੰਮ ਕਰਦਾ। ਜਿਸ ਤਰ੍ਹਾਂ ਆਪਾਂ ਹੁਣੀ ਪਹਿਲਾਂ ਹੀ ਕਰਕੇ ਹਟਿਆ ਬੈਠੇ, ਹੁਣੀ ਆਪਾਂ ਕੀਤਾ ਸੀ ਕਿ ਜਿਹੜਾ ਚੁੰਬਕ ਹੈ ਇਹ ਸਾਰੇ ਪਦਾਰਥ ਨੂੰ ਆਪਣੇ ਵੱਲ ਨਹੀਂ ਅਟਰੈਕਟ ਕਰਦਾ, ਕੁਝ ਪਦਾਰਥਾਂ ਨੂੰ ਆਪਣੇ ਵੱਲ ਅਟਰੈਕਟ ਕਰਦਾ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਚੁੰਬਕੀ ਪਦਾਰਥ। ਤਾਂ ਚੁੰਬਕੀ ਪਦਾਰਥ ਕੀ ਹੁੰਦੇ ਹਨ? ਜੋ ਪਦਾਰਥ ਚੁੰਬਕ ਵੱਲ ਅਟਰੈਕਟ ਹੁੰਦੇ ਹਨ ਉਹਨਾਂ ਨੂੰ ਅਸੀਂ ਚੁੰਬਕੀ ਪਦਾਰਥ ਕਹਿੰਦੇ ਹਾਂ। ਆਹ ਦੇਖੋ ਜਿਵੇਂ ਬਲੇਡ ਹੈ, ਲੋਹਾ ਹੈ, ਇਹ ਤੁਹਾਨੂੰ ਮੈਂ ਤੈਨੂੰ ਦੱਸਿਆ ਸੀ ਲੋਹਾ, ਨਿਕਲ ਅਤੇ ਕੋਬਾਲਟ। ਲੋਹਾ, ਨਿਕਲ ਅਤੇ ਕੋਬਾਲਟ ਨੇ ਜਿਹੜੇ ਚੁੰਬਕ ਵੱਲ ਅਟਰੈਕਟ ਹੁੰਦੇ ਨੇ ਉਹਨਾਂ ਨੂੰ ਅਸੀਂ ਚੁੰਬਕੀ ਪਦਾਰਥ ਕਹਿੰਦੇ ਹਾਂ, ਮੈਗਨੈਟਿਕ ਸਬਸਟਾਂਸਿਸ ਕਹਿੰਦੇ ਹਾਂ। ਔਰ ਜਿਹੜੇ ਪਦਾਰਥ ਚੁੰਬਕ ਵੱਲ ਅਟਰੈਕਟ ਨਹੀਂ ਹੁੰਦੇ ਉਹਨਾਂ ਨੂੰ ਅਸੀਂ ਨੋਨ ਮੈਗਨੈਟਿਕ ਕਹਿੰਦੇ ਹਾਂ। ਅਜੇ ਮੈਂ ਤੁਹਾਨੂੰ ਦੱਸਿਆ ਸੀ, ਆਹ ਦੇਖੋ ਐਲਮੀਨੀਅਮ ਫੋਇਲ, ਪਲਾਸਟਿਕ ਵੈਕਸ ਹੈ, ਇਸੇ ਤਰ੍ਹਾਂ ਵੁੱਡ ਹੈ, ਇਹ ਕਾਰਬਨ ਹੈ, ਇਹ ਗਲਾਸ ਹੈ, ਇੱਕ ਹੈਗਾ ਪੇਪਰ, ਇਹ ਸਾਰੇ ਨੋਨ ਮੈਗਨੈਟਿਕ ਰਹੇ। ਇਟ ਮੀਨਸ ਜੋ ਚੁੰਬਕ ਹੈ, ਚੁੰਬਕ ਸਿਰਫ ਚੁੰਬਕੀ ਪਦਾਰਥਾਂ ਨੂੰ ਹੀ ਆਪਣੇ ਵੱਲ ਆਕਰਸ਼ਿਤ ਕਰਦਾ ਹੈ, ਬਾਕੀਆਂ ਨੂੰ ਨਹੀਂ ਕਰਦਾ। ਤਾਂ ਪਹਿਲਾ ਗੁਣ ਤਾਂ ਇਹ ਚੁੰਬਕ ਦਾ ਇਹ ਆ ਕਿ ਚੁੰਬਕ ਹਮੇਸ਼ਾ ਚੁੰਬਕੀ ਪਦਾਰਥਾਂ ਨੂੰ ਹੀ ਆਪਣੇ ਵੱਲ ਅਟਰੈਕਟ ਕਰਦਾ ਹੈ, ਬਾਕੀ ਪਦਾਰਥਾਂ ਨੂੰ ਆਪਣੇ ਵੱਲ ਅਟਰੈਕਟ ਨਹੀਂ ਕਰਦਾ। ਤਾਂ ਉਹਨਾਂ ਨੂੰ ਅਸੀਂ ਚੁੰਬਕੀ ਪਦਾਰਥ ਕਹਿੰਦੇ ਹਾਂ ਜਿਨ੍ਹਾਂ ਨੂੰ ਇਹ ਅਟਰੈਕਟ ਆਪਣੇ ਵੱਲ ਨਹੀਂ ਕਰਦਾ। ਤਾਂ ਪਹਿਲੀ ਪ੍ਰੋਪਰਟੀ ਬੇਟੇ ਇਹੀ ਆ ਕਿ ਚੁੰਬਕ ਅਟਰੈਕਟਸ ਮੈਗਨੈਟਿਕ ਸਬਸਟਾਂਸਿਸ, ਚੁੰਬਕ ਚੁੰਬਕੀ ਪਦਾਰਥਾਂ ਨੂੰ ਹੀ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਹੁਣ ਨੈਕਸਟ ਆ ਬੇਟੇ ਕਿ ਇੱਕ ਚੁੰਬਕ ਹੈ, ਚਾਹੇ ਉਹ ਗੋਲ ਹੋਵੇ, ਚਾਹੇ ਉਹ ਛੜ ਚੁੰਬਕ ਹੋਵੇ, ਚਾਹੇ ਉਹ ਯੂ ਚੁੰਬਕ ਹੋਵੇ, ਚਾਹੇ ਹੌਰਸ਼ੂ ਹੋਵੇ। ਆਹ ਦੇਖੋ ਜਿਵੇਂ ਤੁਹਾਨੂੰ ਦਿਖਾਇਆ ਸੀ, ਹਮੇਸ਼ਾ ਇਸਦੇ ਦੋ ਪੋਲ ਹੁੰਦੇ ਨੇ, ਜਿੱਦਾਂ ਯੂ ਚੁੰਬਕ ਹੈ, ਆਹ ਦੇਖੋ ਦੋ ਸਿਰੇ ਨੇ, ਆਹ ਐਨ ਅਤੇ ਐਸ ਏ, ਤੁਹਾਨੂੰ ਦੱਸਾਂਗੇ ਐਨ ਐਸ ਕਿਉਂ ਲਿਖਿਆ ਹੋਇਆ। ਫਿਰ ਐਕਸਟਰਾ ਡਿਸ਼ਨ, ਜਿੱਦਾਂ ਹਾਂ ਮੈਂ ਆਹ ਗੋਲ ਬੇਲਣੇ ਵਰਗਾ ਬੇਲਣਾਕਾਰ ਚੁੰਬਕ ਰੱਖਿਆ, ਇਹਦੇ ਵੀ ਦੋ ਧਰੁਵ ਨੇ। ਇਸੇ ਤਰ੍ਹਾਂ ਜਿਹੜਾ ਹਰਸ਼ੂ ਹੈ, ਇਹਦੇ ਵੀ ਦੋ ਚੁੰਬਕ ਨੇ, ਆਹਦਾ ਦੋ ਧਰੁਵ ਨੇ, ਆਹ ਦੇਖੋ ਐਨ ਅਤੇ ਐਸ, ਇਹ ਦੋ ਸਿਰੇ ਨੇ। ਇਸੇ ਤਰ੍ਹਾਂ ਜਿਵੇਂ ਗੋਲ ਚੁੰਬਕ ਹੈ, ਇਹਦੇ ਵੀ ਦੋ ਸਿਰੇ ਨੇ, ਇੱਕ ਉੱਪਰ ਵਾਲਾ, ਇੱਕ ਨੀਚੇ ਵਾਲਾ। ਤਾਂ ਦੋ ਧਰੁਵ ਹੁੰਦੇ ਨੇ ਹਮੇਸ਼ਾ ਹਰੇਕ ਚੁੰਬਕ ਦੇ। ਔਰ ਜਿਸ ਤਰ੍ਹਾਂ ਅੱਜ ਹੈਗਾ ਬਾਹਰ ਮੈਗਨੈਟ, ਇਸਦੇ ਵੀ ਦੋ ਧਰੁਵ ਨੇ, ਨੌਰਥ ਐਂਡ ਸਾਊਥ। ਤਾਂ ਯਾਦ ਰੱਖਣਾ ਹਰ ਇੱਕ ਚੁੰਬਕ ਦੇ ਦੋ ਧਰੁਵ ਹੁੰਦੇ ਨੇ, ਇੱਕ ਹੁੰਦਾ ਨੌਰਥ ਧਰੁਵ, ਨੌਰਥ ਅਤੇ ਸਾਊਥ। ਨੌਰਥ ਮੀਨਸ ਉੱਤਰ ਧਰੁਵ, ਸਾਊਥ ਮੀਨਸ ਦੱਖਣ ਧਰੁਵ। ਤਾਂ ਮੈਗਨੈਟ ਹੈਜ਼ ਟੂ ਪੋਲਸ, ਚੁੰਬਕ ਦੇ ਹਮੇਸ਼ਾ ਦੋ ਧਰੁਵ ਹੁੰਦੇ ਹਨ, ਇੱਕ ਉੱਤਰੀ ਧਰੁਵ ਅਤੇ ਇੱਕ ਦੱਖਣੀ ਧਰੁਵ। ਨੈਕਸਟ ਹੈ ਬੇਟੇ ਇਹਦੀ ਪ੍ਰੋਪਰਟੀ ਕਿ ਜਦੋਂ ਅਸੀਂ ਚੁੰਬਕ ਨੂੰ ਸੁਤੰਤਰਤਾ ਪੂਰਵਕ ਲਟਕਾਉਂਦੇ ਹਾਂ, ਆਹ ਦੇਖੋ ਮੈਂ ਇੱਕ ਬੋਤਲ ਦੇ ਵਿੱਚ ਚੁੰਬਕ ਲਟਕਾਈ ਹੋਈ ਆ, ਔਰ ਚੁੰਬਕ ਆ ਜਿਹੜੀ ਇਹ ਜਦੋਂ ਮੈਂ ਜਿੱਦਣ ਮਰਜ਼ੀ ਕਰਦਾ ਚੁੰਬਕ ਨੇ ਉਹੀ ਦਿਸ਼ਾ ਵਿੱਚ ਰੁਕਣਾ। ਆਹ ਦੇਖੋ ਇੱਧਰੋਂ ਦੇਖ ਰਹੇ ਹੋ, ਔਰ ਚੁੰਬਕ ਦਾ ਇੱਕ ਸਿਰਾ ਕਿੱਧਰ ਜਾ ਰਿਹਾ? ਦੇਖੋ ਚੁੰਬਕ ਨੂੰ ਮੈਂ ਧਾਗੇ ਨਾਲ ਬੰਨ੍ਹ ਕੇ ਬੋਤਲ ਵਿੱਚ ਲਟਕਾਇਆ ਹੋਇਆ, ਇਹਦਾ ਦੇਖੋ ਇੱਕ ਸਿਰਾ ਉੱਤਰ ਦਿਸ਼ਾ ਵੱਲ ਆ ਰਿਹਾ, ਔਰ ਦੂਜਾ ਸਿਰਾ ਇੱਧਰ ਦੱਖਣ ਦਿਸ਼ਾ ਵੱਲ ਸਾਨੂੰ ਦਿਸ਼ਾ ਦੱਸ ਰਿਹਾ। ਤਾਂ ਚੁੰਬਕ ਹਮੇਸ਼ਾ ਉੱਤਰ ਦੱਖਣ ਦਿਸ਼ਾ ਵਿੱਚ ਹੀ ਠਹਿਰਦਾ ਹੈ। ਤਾਂ ਇਸ ਤੋਂ ਅਸੀਂ ਯਾਦ ਰੱਖਣਾ ਹੈ ਕਿ ਜਦੋਂ ਚੁੰਬਕ ਨੂੰ ਸੁਤੰਤਰਤਾ ਪੂਰਵਕ ਲਟਕਾਇਆ ਜਾਂਦਾ ਹੈ ਤਾਂ ਉਹ ਹਮੇਸ਼ਾ ਉੱਤਰ ਦੱਖਣ ਦਿਸ਼ਾ ਵੱਲ ਹੀ ਠਹਿਰਦਾ ਹੈ। ਫ੍ਰੀਲੀ ਸਸਪੈਂਡਿਡ ਮੈਗਨੇਟ ਆਲਵੇਜ਼ ਕਮਸ ਟੂ ਰੈਸਟ ਇਨ ਦਾ ਸੇਮ ਡਾਇਰੈਕਸ਼ਨ, ਨੌਰਥ ਸਾਊਥ। ਇਹ ਯਾਦ ਰੱਖਣਾ ਤੁਸੀਂ, ਫ੍ਰੀਲੀ ਸਸਪੈਂਡਿਡ ਮੀਨਸ ਜਦੋਂ ਕਿਸੇ ਵੀ ਚੁੰਬਕ ਨੂੰ ਸੁਤੰਤਰਤਾ ਪੂਰਵਕ ਲਟਕਾਉਂਦੇ ਹਾਂ ਤਾਂ ਹਮੇਸ਼ਾ ਮੈਗਨੇਟ ਆਲਵੇਜ਼ ਕਮਸ ਟੂ ਰੈਸਟ, ਹਮੇਸ਼ਾ ਜਦੋਂ ਰੁਕਦੀ ਹੈ, ਇਨ ਦਾ ਸੇਮ ਡਾਇਰੈਕਸ਼ਨ, ਦੈਟ ਡਾਇਰੈਕਸ਼ਨ ਇਜ਼ ਨੌਰਥ ਐਂਡ ਸਾਊਥ। ਸੁਤੰਤਰ ਲਟਕਾਈ ਚੁੰਬਕ ਹਮੇਸ਼ਾ ਉੱਤਰ ਦੱਖਣ ਦਿਸ਼ਾ ਵਿੱਚ ਹੀ ਠਹਿਰਦਾ ਹੈ। ਤਾਂ ਇਹ ਹੈਗੀ ਇਹਦੀ ਥਰਡ ਪ੍ਰੋਪਰਟੀ। ਫਸਟ ਪ੍ਰੋਪਰਟੀ ਸੀ ਇਟ ਅਟਰੈਕਟਸ ਮੈਗਨੈਟਿਕ ਸਬਸਟਾਂਸਿਸ, ਸੈਕਿੰਡ ਮੈਗਨੇਟ ਹੈਜ਼ ਟੂ ਪੋਲਸ, ਨੌਰਥ ਐਂਡ ਸਾਊਥ। ਥਰਡ ਹੈ ਫ੍ਰੀਲੀ ਸਸਪੈਂਡਿਡ ਮੈਗਨੇਟ ਆਲਵੇਜ਼ ਕਮਸ ਟੂ ਰੈਸਟ ਇਨ ਦਾ ਨੌਰਥ ਐਂਡ ਸਾਊਥ ਡਾਇਰੈਕਸ਼ਨ। ਨੈਕਸਟ ਇਹਦੀ ਪ੍ਰੋਪਰਟੀ ਹੈ ਬੇਟੇ ਕਿ ਜਿਹੜੇ ਇਹਦੇ ਧਰੁਵ ਨੇ, ਅਸੀਂ ਹੁਣੇ ਕਰਕੇ ਹਟਿਆ ਪੋਲਸ ਨੇ, ਇੰਗਲਿਸ਼ ਇਸ ਨੂੰ ਪੋਲਸ ਕਹਿੰਦੇ ਹਾਂ, ਦੋ ਪੋਲਸ ਨੇ ਨੌਰਥ ਐਂਡ ਸਾਊਥ। ਤਾਂ ਜਦੋਂ ਵੀ ਇਸ ਨੂੰ ਅਸੀਂ ਦੇਖੋ ਇਹਨੂੰ ਕਿਸੇ ਲੋਹੇ ਦੇ ਚੂਰਨ ਵਿੱਚ ਲੈ ਕੇ ਜਾਵਾਂਗੇ, ਆਹ ਦੇਖੋ ਮੈਂ ਲੋਹੇ ਦੇ ਲੋਹ ਚੂਰਨ ਕਹਿੰਦੇ ਨੇ ਇਹਨੂੰ, ਇੰਗਲਿਸ਼ ਵਿੱਚ ਇਹਨੂੰ ਆਇਰਨ ਫਿਲਿੰਗਸ ਕਹਿੰਦੇ ਨੇ। ਇਹਦੇ ਵਿੱਚ ਜਦੋਂ ਅਸੀਂ ਪਾਉਂਦੇ ਹਾਂ ਦੇਖੋ, ਤਾਂ ਤੁਸੀਂ ਕੀ ਦੇਖ ਰਹੇ ਹੋ? ਆਹ ਦੇਖੋ ਚੁੰਬਕ ਦੇ ਸਿਰਿਆਂ ਦੇ ਉੱਤੇ ਮੈਗਨੇਟ ਜਿਹੜਾ ਹੈਗਾ ਇਹ ਆਇਰਨ ਫਿਲਿੰਗਸ ਜ਼ਿਆਦਾ ਅਟਰੈਕਟ ਹੋਈਆਂ ਨੇ। ਜਿਹੜੇ ਲੋਹੇ ਦੀ ਬਰੀਕ ਬਰੀਕ ਚੂਰਾ, ਲੋਹੇ ਦਾ ਲੋਹ ਚੂਰਨ ਹੈ, ਉਹ ਕਿੱਥੇ ਜ਼ਿਆਦਾ ਅਟਰੈਕਟ ਹੋਇਆ? ਪੋਲਸ 'ਤੇ। ਤਾਂ ਇਹਦਾ ਤੋਂ ਸਾਨੂੰ ਕੀ ਪਤਾ ਲੱਗਦਾ ਹੈ ਕਿ ਜਿਹੜੀ ਇਹਦੀ ਚੁੰਬਕੀ ਸ਼ਕਤੀ ਹੈ ਉਹ ਜ਼ਿਆਦਾਤਰ ਕਿੱਥੇ ਹੈਗੀ? ਜ਼ਿਆਦਾ ਚੁੰਬਕੀ ਸ਼ਕਤੀ ਇਸਦੇ ਪੋਲਸ 'ਤੇ ਹੁੰਦੀ ਹੈ, ਠੀਕ ਹੈ। ਦਾ ਪੋਲਸ ਹੈਜ਼ ਮੋਰ ਅਟਰੈਕਸ਼ਨ ਟਵਰਡਸ ਮੈਗਨੈਟਿਕ ਸਬਸਟਾਂਸਿਸ, ਇਟ ਹੈਜ਼ ਮੋਰ ਪਾਵਰ, ਦਾ ਪਾਵਰ ਆਫ ਮੈਗਨੇਟ ਇਜ਼ ਮੋਰ ਐਟ ਦਾ ਪੋਲਸ ਆਫ ਦਾ ਮੈਗਨੇਟ, ਮਤਲਬ ਧਰੁਵਾਂ ਦੇ ਉੱਤੇ ਇਸਦੀ ਸ਼ਕਤੀ ਜ਼ਿਆਦਾ ਹੁੰਦੀ ਹੈ। ਇਸੇ ਕਰਕੇ ਦੇਖੋ ਚੁੰਬਕੀ ਜਿਹੜੇ ਆਹ ਲੋਹੇ ਦੇ ਕਣ ਨੇ ਉਹ ਚੁੰਬਕ ਇਹਦੇ ਪੋਲਸ ਦੇ ਉੱਤੇ ਜ਼ਿਆਦਾ ਇਕੱਠੇ ਹੋਏ ਹੋਏ ਨੇ। ਬਾਕੀ ਥਾਂ 'ਤੇ ਦੇਖੋ ਜਿੰਨਾ ਮਰਜ਼ੀ ਲਗਾਈ ਚੱਲੋ, ਦੇਖੋ ਸੈਂਟਰ 'ਚ ਹੁੰਦੀ ਹੈ ਅਟਰੈਕਸ਼ਨ, ਲੇਕਿਨ ਇੰਨੀ ਜ਼ਿਆਦਾ ਨਹੀਂ ਹੁੰਦੀ, ਬਹੁਤ ਘੱਟ ਕਣ ਲੱਗੇ ਹੋਏ ਨੇ ਸੈਂਟਰ 'ਚ।
ठीक है। तो ये है साढ़े कि चुंबक के कड़े कि गुण होंगे ने, प्रॉपर्टीज़ की ने। वैसे एक प्रॉपर्टी होर असी करनी है, तो कि प्रॉपर्टीज़ हो गई। नंबर वन प्रॉपर्टीज़, अट्रैक्ट्स मैगनेटिक सबसटांसिस, इट हैज़ टू पोल्स, फ्रीली सस्पेंडेड मैगनेट, ऑलवेज कम्स टू रेस्ट इन द नॉर्थ एंड साउथ डायरेक्शन। थर्ड नैक्सट असी किया कि इट हैज़ टू पोल्स एंड द पावर ऑफ द मैगनेट इज मैक्सिमम एट द पोल्स। और नैक्सट प्रॉपर्टी है बेटे आप जी यदि हैगी बहुत ही इंपॉर्टेंट है कि दीज मैगनेट्स अट्रैक्शन एंड रिपल्शन बिटवीन द मैगनेट्स। जी अट्रैक्शन से रिपल्शन है मैगनेट्स के देखो आने एक्टिविटी ना बिल्कुल समझ आएगी बेटे। आ दो मेरे को मैगनेट्स ने, मैं दो कारा बनाई हुई ने, एक कार यह आ एक कार यह हूँ। ये की है देखो आह साउथ है, साउथ डायरैक्शन, और इसकी भी मैगनेट की साउथ डायरैक्शन। जो सेम डायरैक्शन से असी इन्हों नेड़े लेके आने तो तुम देखो की हो रहा है। देखो दीज रिपेल ईच अदर, सेम पोल्स रिपेल ईच अदर। इस तरह हम सपोज कर लो मैं इस दे नेड़े दूजा आह नॉर्थ साइड है, आ देखो आ नॉर्थ पोल के नेड़े मैं नॉर्थ लेके आ रही हूँ। देखो ये भी इसको की कर रहा है, नॉर्थ पोल के नेड़े असी नॉर्थ लेके जाने तो देखो पर इन धक् रहा है, दिख रहा है आ देखो, क्योंकि ये की है ये नॉर्थ नॉर्थ। इस तरह जो साउथ साउथ नेड़े आते हैं तो भी एक दूजे की कर रहे हैं रिपेल, तो सेम पोल्स रिपेल ईच अदर। यदि बहुत खास प्रॉपर्टी है, सेम पोल्स ऑफ मैगनेट रिपेल ईच अदर। दो समान ध्रुव एक दूजे को आकर्षित करते हैं, आकर्षित मतलब परे धक्कना। हूँ इतने देखो तुम बेटा ये की है, दो गड्डिया ने दोहां मैं ऑपोजिट पोल्स लेके आऊँगी नेड़े। आ देखो ये नॉर्थ है ये साउथ है। जो असं ऑपोजिट पोल्स नेड़े लैके आने तो देखो की होंगे, सपोज आ देखो आ है, आ देखो की कर रहा है अट्रैक्ट कर रहा है, आ देखो दूर है, आ देखो अट्रैक्ट कर रहा है। इस तरह मान लो मेरे को मैगनेट है, आ देखो इधर साउथ है, ये मैं नॉर्थ मैगनेट लैके आनी, नॉर्थ साइड लैके आने वो वाल अट्रैक्ट हो रहा है। ठीक है, तो ऑपोजिट पोल्स अट्रैक्ट ईच अदर एंड सेम पोल्स रिपेल ईच अदर। यदि अच्छी प्रॉपर्टी है, क्योंकि सपोज कर लो तुम बेटे को लोहे की चीज़ लैके आना, लोहा तुम किसी भी डायरेक्शन लैके आओ, चाहे नॉर्थ साइड लैके आओ चाहे साउथ, इन्हें अट्रैक्ट ही करना। देखो अट्रैक्ट कर रहा है, ठीक है। हम इधर ले जाओ, इधरों भी इन्हें अट्रैक्ट करना, ठीक है। आदि मान लो ये लैके आनी है, इन्हें अट्रैक्ट कर लिया। मान लो यहाँ मैं साउथ पोल लैके आनी हाँ, कोले देखो अट्रैक्ट कर लिया, तो नॉर्थ पोल लेके आनी है देखो अट्रैक्ट कर लिया। दोनों साइडा ते लै जाओ, इधर भी लै जाओ तो भी अट्रैक्ट करेगा, दूजी साइड भी लै जाओ तो भी। तो यह लोहे को अट्रैक्ट करता हमेशा ही, तो जो ऑपोजिट पोल ने वो भी एक दूजे को की करते हैं अट्रैक्ट करते हैं, बट सेम पोल्स एक दूजे को रिपेल करते हैं। सेम पोल्स रिपेल ईच अदर एंड ऑपोजिट पोल्स अट्रैक्ट ईच अदर।